ਅਰਵਿੰਦ ਕੇਜਰੀਵਾਲ ਦੇ ਲਈ ਇੱਕ ਰਾਹਤ ਭਰੀ ਖਬਰ ਵੀ ਆਈ ਹੈ ਪਰ ਇਹ ਕਿਸੇ ਹੋਰ ਕੇਸ ਦੇ ਨਾਲ ਜੁੜੀ ਹੋਈ ਹੈ। ਇਹ ਮਾਮਲਾ ਗੋਆ ਵਿਧਾਨ ਸਭਾ ਚੋਣਾਂ 2017 ਦੇ ਨਾਲ ਜੁੜਿਆ ਹੋਇਆ ਹੈ। ਦਰਅਸਲ ਚੋਣ ਪ੍ਰਚਾਰ ਦੌਰਾਨ ਅਰਵਿੰਦ ਕੇਜਰੀਵਾਲ ਨੇ ਇੱਕ ਬਿਆਨ ਦਿੱਤਾ ਸੀ ਜਿਸ ਨੂੰ ਲੈ ਕੇ ਗੋਆ ਥਾਣੇ ਦੇ ਵਿੱਚ ਐਫ ਆਈ ਆਰ ਦਰਜ ਹੋਈ ਸੀ ਜਿਸ ਨੂੰ ਅਦਾਲਤ ਨੇ ਹੁਣ ਖਾਰਜ ਕਰ ਦਿੱਤਾ ਹੈ। ਗੋਆ ਚੋਣਾਂ ਦੌਰਾਨ ਕੇਜਰੀਵਾਲ ਨੇ ਲੋਕਾਂ ਨੂੰ ਕਿਹਾ ਸੀ ਪੈਸੇ ਸਾਰਿਆਂ ਤੋਂ ਲਓ ਪਰ ਵੋਟ ਝਾੜੂ ਨੂੰ ਦਿਓ। ਅਗਲੀ ਖਬਰ ਵੀ ਕਿਤੇ ਨਾ ਕਿਤੇ ਅਰਵਿੰਦ ਕੇਜਰੀਵਾਲ ਦੇ ਲਈ ਰਾਹਤ ਵਾਲੀ ਹੈ। ਦਰਅਸਲ ਈਡੀ ਅਰਵਿੰਦ ਕੇਜਰੀਵਾਲ ਦੇ ਪੁਰਾਣੇ ਆਈ

ED ਨੇ ਕੇਜਰੀਵਾਲ ਦਾ ਦੂਸਰਾ ਰਿਮਾਂਡ ਹਾਸਲ ਕਰਨ ਲਈ ਅਦਾਲਤ ਵਿੱਚ ਦਲੀਲ ਦਿੱਤੀ ਸੀ ਕਿ ਪੁੱਛਗਿੱਛ ਵਿੱਚ ਕੇਜਰੀਵਾਲ ਸਮਰਥਨ ਨਹੀਂ ਕਰ ਰਹੇ ਅਸੀਂ ਉਹਨਾਂ ਦਾ ਮੋਬਾਈਲ ਫੋਨ ਕੋਖਣਾ ਹੈ ਪਰ ਉਹ ਆਪਣਾ ਪਾਸਵਰਡ ਨਹੀਂ ਦੇ ਰਹੇ ਸੋ ਹੁਣ ਜੇ Apple ਦੇ ਕੋਲ ED ਪਹੁੰਚੀ ਹੈ ਤੇ Apple ਨੇ ਇਸ ਦੀ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਇੱਥੋਂ ਇੱਕ ਗੱਲ ਜ਼ਰੂਰ ਸਾਬਤ ਹੁੰਦੀ ਹੈ ਕਿ Apple ਕੰਪਨੀ ਹੈ ਜਿਹੜੀ ਉਸ ਦੇ ਜਿਹੜੇ ਫੋਨ ਨੇ ਉਹਨਾਂ ਦੀ ਉਹਨਾਂ ਦੀ ਸਿਕਿਉਰਿਟੀ ਕਿਸ ਹੱਦ ਤੱਕ ਸਿਕਿਉਰ ਹੈ ਸੁਰੱਖਿਅਤ ਹੈ ਪਿਛਲੇ ਦਿਨੀ ਆਮ ਆਦਮੀ ਪਾਰਟੀ ਦੇ ਰਾਸਵਾ ਮੈਂਬਰ ਸੰਜੇ ਸਿੰਘ ਨੂੰ ਭਾਵੇਂ ਜ਼ਮਾਨਤ ਤੇ ਰਿਹਾਈ ਮਿਲ ਗਈ ਪਰ ਮਨੀਸ਼ ਸਿਸੋਦੀਆ ਨੂੰ ਹਾਲੇ ਤੱਕ ਛੱਟ ਕੇ ਹੀ ਲੱਗ ਰਹੇ ਨੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਦਿੱਲੀ ਦੀ ਰਾਉਜ਼ ਐਵੇਨਿਊ ਅਦਾਲਤ ਨੇ 18 April ਤੱਕ ਹੋਰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਯਾਨੀ ਕਿ ਉਹਨਾਂ ਦੀ ਨਿਆਂਇਕ ਹਿਰਾਸਤ ਲਗਾਤਾਰ ਵਧਦੀ ਜਾ ਰਹੀ ਹੈ ਇੱਕ ਸਾਲ ਤੋਂ ਵੱਧ ਸਮੇਂ ਤੋਂ ਲੈ ਕੇ ਉਹ ਜੇਲ੍ਹ ਦੇ ਵਿੱਚ ਬੰਦ ਨੇ ਰਾਉਜ਼ ਐਵੇਨਿਊ ਕੋਰਟ ਇਸ ਮਾਮਲੇ ਵਿੱਚ ਅਗਲੀ ਸੁਣਵਾਈ ਹੁਣ 18 April ਨੂੰ ਕਰੇਗੀ ਦਿੱਲੀ ਸਰਕਾਰ ਦੀ ਕੈਬਨਿਟ ਮੰਤਰੀ ਆਤਸ਼ੀ ਮਾਰ

ਆਪ ਘਟਾ ਲਿਆ ਖੋਤੀ ਮਾਮਲੇ ਵਿੱਚ ਈਡੀ ਨੂੰ ਆਮ ਆਦਮੀ ਪਾਰਟੀ ਦੇ ਲੀਡਰਾਂ ਦੇ ਘਰੋਂ ਇੱਕ ਵੀ ਪੈਸਾ ਨਹੀਂ ਮਿਲਿਆ 2 ਸਾਲਾਂ ਤੋਂ ਪੈਸੇ ਲੱਭ ਰਹੀ ਹੈ ਹਲੇ ਤੱਕ ਇੱਕ ਪੈਸਾ ਤੱਕ ਨਹੀਂ ਮਿਲਿਆ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਮਨੀ ਟ੍ਰੇਲ ਕਿੱਥੇ ਹੈ ਦੱਸੇ ਤਾਂ ਸਹੀ ਈਡੀ ਇਹ ਵੀ ਪੁੱਛਿਆ ਕਿ ਸ਼ਰਾਬ ਕਾਰੋਬਾਰੀ ਵੱਲੋਂ ਭਾਜਪਾ ਦੇ ਖਾਤੇ ਵਿੱਚ ਜਾ ਰਹੇ ਪੈਸੇ ਦੀ ਕਦੋਂ ਜਾਂਚ ਹੋਵੇਗੀ ਈਡੀ ਬੀਜੇਪੀ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਦੇ ਘਰੇ ਰੇਡ ਕਦੋਂ ਮਾਰੇਗੀ ਇਹ ਦੱਸਿਆ ਜਾਵੇ ਤੋਂ ਮੈਂ ਅੱਜ ਈਡੀ ਸੇ 5 ਸਵਾਲ ਪੁੱਛ ਰਹੀ ਹਾਂ ਮੈਂ ਉਹਨਾਂ ਕੋ ਰਿਪੀਟ ਕਰਕੇ सबसे पहला सवाल कि 16 दिन से पुख्ता प्रमाण पब्लिक डोमेन में है कि साउथ लॉबी के शराब कारोबारियों से 55 करोड़ रुपया भारतीय जनता पार्टी को गया 16 दिन में ईडी ने इस पर क्या जांच करी है ईडी सबको बताए दूसरा सवाल कि पिछले 16 दिन में भारतीय जनता पार्टी को कितने समन गए कितनी रेड हुई कितनी उनसे जुड़ी हुई गिरफ्तारियां हुई यह बात ईडी सबके सामने रखी तीसरा सवाल कि आपने अरविंद केजरीवाल को गिरफ्तार किया आम आदमी पार्टी के नेशनल कन्वीनर होने के नाते तो ईडी ये बात बताए कि वो जेपी नड्डा जी को भारतीय जनता पार्टी के नेशनल कन्वीनर होने के नाते शराब कारोबारी शरद रेड्डी से साउथ लॉबी से पचपन करोड़ रुपए लेने के नाते कब गिरफ्तार करेगी